ਅੰਮ੍ਰਿਤਪਾਲ ਕਰ ਰਿਹਾ ਵੱਡੀ ਸਾਜ਼ਿਸ਼, ਦੇਸ਼ ਨੂੰ ਖਤਰਾ, ਪਾਕਿਸਤਾਨ ਚੁੱਕ ਸਕਦਾ ਹੈ ਇਸ ਗੱਲ ਦਾ ਫਾਇਦਾ। ਅੰਮ੍ਰਿਤਪਾਲ ਦੇ ਖਡੂਰ ਸਾਹਿਬ ਤੋਂ ਚੋਣ ਲੜਨ ਪਿੱਛੇ ਵੱਡੀ ਸਾਜ਼ਿਸ਼, ਦੇਸ਼ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ ਅੰਮ੍ਰਿਤਪਾਲ ਸਿੰਘ। ਕਿਸੇ ਇੱਕ ਦਾ ਫਾਇਦਾ ਪਾਕਿਸਤਾਨ ਨਾ ਚੁੱਕ ਲਏ, ਬਿਕਰਮ ਸਿੰਘ ਮਜੀਠੀਆ ਵੱਲੋਂ ਵੱਡੇ ਖੁਲਾਸੇ। ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ, ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ, ਮੈਂ ਅੱਜ ਵੀ ਕਿਸੇ ਥੋੜ੍ਹੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸ਼ਰਾਰਤਾਂ ਕਿਹੜੀਆਂ ਹੋਊਗੀਆਂ। ਬਹੁਤ ਵੱਡੀਆਂ ਇੱਥੇ ਬੜੀਆਂ ਸ਼ਰਾਰਤਾਂ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ, ਇੱਥੇ ਵੰਡੀਆਂ ਪਾਈ ਜਾਣ, ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ, ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ, ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲਾਅ ਐਂਡ ਆਰਡਰ, ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ, ਔਰ ਉਹਨਾਂ 'ਤੇ ਧਿਆਨ ਦੇਣਗੇ। ਔਰ ਮੈਨੂੰ ਇਹ ਗੱਲ ਤਸੱਲੀ ਹੋਊਗੀ, ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ, ਅੱਜ ਉਹ ਸੰਵਿਧਾਨ 'ਤੇ ਵਿਸ਼ਵਾਸ ਕਰਨਗੇ ਤਾਂ ਠੀਕ ਗੱਲ ਹੈ ਜੀ। ਬਾਕੀ ਫੈਸਲਾ ਲੜ ਤਾਂ ਕੋਈ ਸਕਦਾ, ਜੀ ਸਦ ਕੇ ਲੜਨ, ਵਲਟੂਆ ਸਾਹਿਬ ਲੜ ਰਹੇ ਆ, ਉਹਨਾਂ 'ਤੇ ਵੀ NSA ਕਈ ਵਾਰੀ ਲੱਗੀ ਹੈ, 10 ਸਾਲ ਉਹਨਾਂ ਨੇ ਸਜ਼ਾ ਕੱਟੀ ਹੈ, ਇਸ ਲਈ 10 ਸਾਲ ਜਾਂ 1 ਸਾਲ ਸਜ਼ਾ ਕੱਟਣੀ ਨੋਟ ਕ੍ਰਾਈਟੀਰੀਆ। ਸ਼੍ਰੀ ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ ਕਿਵੇਂ ਭਾਈਚਾਰਕ ਸਾਂਝ ਬਣੀ ਰਹੇ, ਕਿਵੇਂ ਗਵਾਂਢੀ ਮੁਲਕ ਇਹਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ, ਪਾਕਿਸਤਾਨ ਇਹਦੇ 'ਚੋਂ ਕੋਈ ਫਾਇਦਾ ਨਾ ਲੈ ਜੇ, ਇਹ ਗੱਲ ਨੂੰ ਧਿਆਨ 'ਚ ਰੱਖਦੇ ਜੋ ਪੀਸ ਐਂਡ ਸਿਕਿਉਰਿਟੀ ਮੇਨਟੇਨ ਕਰ ਸਕਦੇ ਉਹਨਾਂ ਨੂੰ ਸਮਾਂ ਦੇਣ। ਤਾਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਖੜੇ ਨੇ, ਚੋਣ ਲੜਨ ਜਾ ਰਹੇ ਨੇ ਲੋਕ ਸਭਾ। ਜੇ ਗੱਲ ਕਰੀਏ ਅਕਾਲੀ ਦਲ ਦੀ ਤਾਂ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਉੱਥੋਂ ਦੇ ਉਮੀਦਵਾਰ ਨੇ, ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵੱਲੋਂ ਅਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਅਤੇ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਉਹਨਾਂ ਨੂੰ। ਦੂਜੇ ਪਾਸੇ ਗੱਲ ਕਰੀਏ ਵਿਰਸਾ ਸਿੰਘ ਵਲਟੋਹਾ ਦੀ, ਉਹਨਾਂ 'ਤੇ ਵੀ NSA ਲੱਗ ਚੁੱਕੀ ਹੈ, ਉਹਨਾਂ ਦੇ ਵੱਲੋਂ ਵੀ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਇਸ ਦਰਮਿਆਨ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ। ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ, ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ, ਮੈਂ ਅੱਜ ਵੀ ਕਿਸੇ ਥੋੜ੍ਹੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸ਼ਰਾਰਤਾਂ ਕਿਹੜੀਆਂ ਹੋਊਗੀਆਂ। ਬਹੁਤ ਵੱਡੀਆਂ ਇੱਥੇ ਬੜੀਆਂ ਸ਼ਰਾਰਤਾਂ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ, ਇੱਥੇ ਵੰਡੀਆਂ ਪਾਈ ਜਾਣ, ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ, ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ, ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲਾਅ ਐਂਡ ਆਰਡਰ, ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ, ਔਰ ਉਹਨਾਂ 'ਤੇ ਧਿਆਨ ਦੇਣਗੇ। ਔਰ ਮੈਨੂੰ ਇਹ ਗੱਲ ਤਸੱਲੀ ਹੋਊਗੀ, ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ, ਅੱਜ ਉਹ ਸੰਵਿਧਾਨ 'ਤੇ ਵਿਸ਼ਵਾਸ ਕਰਨਗੇ ਤਾਂ ਠੀਕ ਗੱਲ ਹੈ ਜੀ। ਬਾਕੀ ਫੈਸਲਾ ਲੜ ਤਾਂ ਕੋਈ ਸਕਦਾ, ਜੀ ਸਦ ਕੇ ਲੜਨ, ਵਲਟੂਆ ਸਾਹਿਬ ਲੜ ਰਹੇ ਆ, ਉਹਨਾਂ 'ਤੇ ਵੀ NSA ਕਈ ਵਾਰੀ ਲੱਗੀ ਹੈ, 10 ਸਾਲ ਉਹਨਾਂ ਨੇ ਸਜ਼ਾ ਕੱਟੀ ਹੈ, ਇਸ ਲਈ 10 ਸਾਲ ਜਾਂ 1 ਸਾਲ ਸਜ਼ਾ ਕੱਟਣੀ ਨੋਟ ਕ੍ਰਾਈਟੀਰੀਆ। ਸ਼੍ਰੀ ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ ਕਿਵੇਂ ਭਾਈਚਾਰਕ ਸਾਂਝ ਬਣੀ ਰਹੇ, ਕਿਵੇਂ ਗਵਾਂਢੀ ਮੁਲਕ ਇਹਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ, ਪਾਕਿਸਤਾਨ ਇਹਦੇ 'ਚੋਂ ਕੋਈ ਫਾਇਦਾ ਨਾ ਲੈ ਜੇ, ਇਹ ਗੱਲ ਨੂੰ ਧਿਆਨ 'ਚ ਰੱਖਦੇ ਜੋ ਪੀਸ ਐਂਡ ਸਿਕਿਉਰਿਟੀ ਮੇਨਟੇਨ ਕਰ ਸਕਦੇ ਉਹਨਾਂ ਨੂੰ ਸਮਾਂ ਦੇਣ।